ਬਾਬਾ ਰਾਮਦੇਵ ਦਾ ਵੀ ਜਿਹੜਾ ਬਿਆਨ ਹੈ ਉਹ ਇਸ 'ਤੇ ਆਇਆ ਹੈਗਾ। ਉਹਨਾਂ ਨੇ ਕਿਹਾ ਕਿ ਪ੍ਰਗਿਆ ਠਾਕੁਰ ਜਿਹੜੀ ਆ ਉਹ ਅੱਤਵਾਦੀ ਨਹੀਂ ਹੈਗੀ, ਉਹ ਇੱਕ ਨੈਸ਼ਨਲਿਸਟ ਹੈਗੀ। 1982-83 ਦੀ ਹੈਗੀ ਆ, ਈਵਨ ਸੰਤ ਜਰਨੈਲ ਸਿੰਘ ਜੀ ਦੇ ਬਾਰੇ ਬੋਲਦੇ ਆ, ਮੁਸਲਮਾਨਾਂ ਨੂੰ ਅਤੇ ਸਿੱਖਾਂ ਨੂੰ ਮਾਰਨਾ ਨੈਸ਼ਨਲਿਜ਼ਮ ਆ, ਹਿੰਦੂਆਂ ਨੂੰ ਮਾਰਨਾ ਅੱਤਵਾਦ ਆ। ਅੱਤਵਾਦੀ ਕਹਿਣਾ ਅਤੇ ਸਿੱਖ ਨੂੰ ਅਤੇ ਜੇ ਇਕੱਠਿਆਂ ਕਹਿਣਾ ਅਤੇ ਸਾਰੇ ਹਿੰਦੂ, ਇਹਦਾ ਜਵਾਬ ਦੇਵੇ ਗੌਰਮੈਂਟ। ਸਰਕਾਰਾਂ ਡਿਫਾਈਨ ਨਹੀਂ ਕਰ ਰਹੀਆਂ ਹੂ ਇਸ ਦੀ ਟੈਰਰਿਸਟ। ਇਸੇ ਤਰ੍ਹਾਂ ਜਿਹੜਾ ਬੰਬੇ ਵਾਲਾ 2000 ਵਾਲਾ ਕਾਂਡ ਹੋਇਆ, ਉਹ ਸਾਰਾ CIA ਦਾ ਪ੍ਰੋਜੈਕਟ, ਜਿਹੜੀ ਚੀਜ਼ ਉਹਨਾਂ ਦੇ ਹੱਕ 'ਚ ਨਹੀਂ ਹੈ ਜਾਂਦੀ ਆ ਉਹ ਠੀਕ ਆ, ਉਹ ਭਾਵੇਂ ਉਹਨਾਂ ਦੇ ਅੱਤਵਾਦੀ ਹੋਣ। ਤੁਸੀਂ ਦੇਖੋ ਵੀ CIA ਨੇ ਉਹਨੂੰ ਜੈਸ਼ੇ ਮੁਹੰਮਦ ਵਿੱਚ ਫਿੱਟ ਕੀਤਾ ਸੀ ਵੀ ਬਿਨ ਲਾਦਨ ਲੱਭਣਾ ਆਪਾਂ ਨੇ, ਹੋ ਕੀ ਰਿਹਾ, ਕੌਣ ਅੱਤਵਾਦੀ ਆ ਹੁਣ ਦੱਸੋ ਇੱਥੇ। ਮਤਲਬ ਇਸ ਦੇ ਵਿੱਚ ਜੈਸ਼ੇ ਮੁਹੰਮਦ ਅੱਤਵਾਦੀ ਜਾਂ ਅਮਰੀਕਾ ਅੱਤਵਾਦੀ ਆ ਜਾਂ ਜਿਹੜਾ ਭਾਰਤ ਤੇ ਸਾਰਾ ਕੁਝ ਹੋਣ ਦੇ ਰਿਹਾ ਉਹ ਅੱਤਵਾਦੀ ਆ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬਾਬਾ ਰਾਮਦੇਵ ਦਾ ਵੀ ਜਿਹੜਾ ਬਿਆਨ ਹੈ ਉਹ ਇਸ ਤੇ ਆਇਆ ਹੈਗਾ। ਉਹਨਾਂ ਨੇ ਕਿਹਾ ਕਿ ਪ੍ਰਗਿਆ ਠਾਕੁਰ ਜਿਹੜੀ ਆ ਉਹ ਅੱਤਵਾਦੀ ਨਹੀਂ ਹੈਗੀ, ਉਹ ਇੱਕ ਨੈਸ਼ਨਲਿਸਟ ਹੈਗੀ ਆ। ਹੁਣ ਇਹਨੂੰ ਤੁਸੀਂ ਕੀ ਕਹੋਗੇ, ਕੋਰਟ ਨੇ ਉਹਤੇ ਕੇਸ ਪਾਇਆ? ਇਹਦਾ ਮਤਲਬ ਬਈ ਮੁਸਲਮਾਨਾਂ ਨੂੰ ਤੇ ਸਿੱਖਾਂ ਨੂੰ ਮਾਰਨਾ ਨੈਸ਼ਨਲਿਜ਼ਮ ਆ, ਹਿੰਦੂਆਂ ਨੂੰ ਮਾਰਨਾ ਅੱਤਵਾਦ। ਕਿਸੇ ਵੀ ਢੰਗ ਦਾ ਕੋਈ ਵੀ ਉਹਦਾ ਇੱਕ ਪਾਸੇ ਦਾ ਤੁਸੀਂ ਕਹੀ ਜਾਂਦੇ ਹੋ ਵੀ ਟੈਰਰਿਜ਼ਮ ਦਾ ਕੋਈ ਕਾਸਟ ਰਿਲੀਜਨ ਐਂਡ ਕਲਰ ਨਹੀਂ ਹੁੰਦਾ। ਦੂਜੇ ਪਾਸੇ ਹੁਣ ਤੁਸੀਂ ਆਹੀ ਆਪਣੀਆਂ ਇੱਕ ਮਹੀਨਾ ਜਿਹੜੀਆਂ ਪਹਿਲਾਂ ਗੱਲਾਂ ਕਹੀਆਂ ਸੀ ਉਹਨਾਂ ਨੂੰ ਤੁਸੀਂ ਬਦਲ ਰਹੇ ਹੋ। ਜੀ ਜੀ ਜੀ, ਹਨਾ, ਅਸੀਂ ਤਾਂ ਉਹ ਹੁਣ ਨੈਸ਼ਨਲਿਸਟ ਹੋ ਗਏ। ਫਿਰ ਇਹਦਾ ਮਤਲਬ ਜਦੋਂ ਸਿੱਖ ਆਸਪੈਕਟ ਤੋਂ ਜਦੋਂ ਡਿਫਾਈਨ ਹੁੰਦਾ ਫਿਰ ਉਹ ਸਿੱਖ ਨੈਸ਼ਨਲਿਸਟ ਨੇ, ਫਿਰ ਜਿਹੜੇ ਇਸਲਾਮੀ ਆਸਪੈਕਟ ਉਹ ਇਸਲਾਮੀ ਨੈਸ਼ਨਲਿਸਟ ਨੇ, ਇਸਲਾਮੀ ਨੈਸ਼ਨਲਿਸਟ। ਸੋ ਇਹਦਾ ਹੁਣ ਹੁਣ ਇਹਦੇ ਚੋਂ ਹੋਰ ਵੱਡਾ ਸਿਨੈਰੀਓ ਸਮਝ ਆਉਂਦਾ ਨਾ, ਇਹਦਾ ਮਤਲਬ ਇੰਡੀਆ ਇੱਕ ਨੇਸ਼ਨ ਸਟੇਟ ਨਹੀਂ ਹੈਗਾ। ਉੱਥੇ ਵੱਖ-ਵੱਖ ਜਿਹੜੀਆਂ ਸਟੇਟਾਂ ਨੇ ਵੱਖ-ਵੱਖ ਨੈਸ਼ਨਲਿਟੀਆਂ ਜਿਹੜੇ ਰਹਿੰਦੇ ਨੇ, ਸਹੀ ਹੈ, ਇੱਕ ਸਿੱਖ ਨੈਸ਼ਨਲਿਟੀ ਆ, ਇੱਕ ਇਸਲਾਮੀ ਨੈਸ਼ਨਲਿਟੀ ਆ, ਜਾਂ ਅਸਾਮੀ ਆ ਬੰਗਾਲੀ ਨੈਸ਼ਨਲਿਟੀ ਹੋ, ਤੇ ਇੱਕ ਹਿੰਦੂ ਨੈਸ਼ਨਲਿਟੀ। ਉਹ ਕਿਸ ਸਿਨੈਰੀਓ 'ਚ ਉਹਨੂੰ ਡਿਫਾਈਨ ਕਿੱਦਾਂ ਕਰਨਾ? ਹੁਣ ਜਿਹੜਾ ਫਿਰ ਉਹ BJP ਦਾ ਵੱਡਾ ਪ੍ਰੋਜੈਕਟ ਆ ਵੀ ਇੰਡੀਆ ਇਜ਼ ਵਨ ਨੈਸ਼ਨੈਲਿਟੀ, ਇਹ ਚੋਂ ਤੁਸੀਂ ਤੁਸੀਂ ਦੇਖਿਆ ਹੋਗਾ 1982-83 ਦੀ ਹੈਗੀ ਆ, ਈਵਨ ਸੰਤ ਜਰਨੈਲ ਸਿੰਘ ਇਹਦੇ ਬਾਰੇ ਬੋਲਦੇ ਆ, ਉਹ ਕਹਿੰਦੇ ਵੀ ਜਾਂ ਤਾਂ ਸਿੱਖ ਅੱਤਵਾਦੀ ਨਾ ਕਹੋ ਜਾਂ ਇਹ ਨਾ ਕਹੋ ਵੀ ਸਿੱਖ ਹਿੰਦੂਆਂ ਦਾ ਹੀ ਹਿੱਸਾ ਨੇ। ਜੇ ਸਿੱਖ ਹਿੰਦੂਆਂ ਦਾ ਹੀ ਹਿੱਸਾ ਨੇ ਤਾਂ ਇਹਦਾ ਮਤਲਬ ਹਿੰਦੂ ਅੱਤਵਾਦੀ ਆ, ਹਨਾ, ਇਹਨੂੰ ਡਿਫਾਈਨ ਕਰੋ ਕਲੀਅਰਲੀ। ਇੱਕ ਪਾਸੇ ਤੁਸੀਂ ਕਹਿੰਦੇ ਵੀ ਸਿੱਖ ਹਿੰਦੂਆਂ ਦਾ ਹਿੱਸਾ, ਇਹਦਾ ਮਤਲਬ ਜੇ ਸਿੱਖ ਅੱਤਵਾਦੀ ਹੈ ਤਾਂ ਨੈਚੁਰਲੀ ਹਿੰਦੂ ਵੀ ਅੱਤਵਾਦੀ ਹੈ, ਸਹੀ ਗੱਲ। ਜਾਂ ਫਿਰ ਕਹੋ ਵੀ ਸਿੱਖ ਹਿੰਦੂਆਂ ਦਾ ਹਿੱਸਾ ਨਹੀਂ ਹੈਗਾ ਸਿੱਖ ਅੱਤਵਾਦੀ। ਅੱਗੇ ਵੀ ਇੱਕ ਦਿਨ ਦਾਸ ਨੇ ਬਿਆਨ ਦਿੱਤਾ ਸੀ ਜੇ ਸਿੱਖ ਹਿੰਦੂਆਂ ਦਾ ਇੱਕ ਅੰਗ ਹਨ ਤੇ ਵੱਖਰੇ ਨਹੀਂ, ਤੇ ਫਿਰ ਅਖਬਾਰਾਂ ਵਿੱਚ ਤੇ ਪਾਰਲੀਮੈਂਟ ਵਿੱਚ ਤੇ ਅਸੈਂਬਲੀ ਵਿੱਚ ਇਹ ਕਹਿਣਾ ਸ਼ੁਰੂ ਕਰੋ ਕਿ ਹਿੰਦੂ ਅੱਤਵਾਦੀ ਹੈ, ਤੇ ਜੇ ਸਿੱਖ ਅੱਤਵਾਦੀ ਹੈ ਤੇ ਫਿਰ ਮੰਨੋ ਕਿ ਸਿੱਖ ਵੱਖਰੀ ਕੌਮ ਹੈ। ਅੱਤਵਾਦੀ ਕਹਿਣਾ ਤੇ ਸਿੱਖ ਨੂੰ, ਤੇ ਜੇ ਇਕੱਠਿਆਂ ਕਹਿਣਾ ਤੇ ਸਾਰੇ ਹਿੰਦੂ, ਇਹਦਾ ਜਵਾਬ ਦੇਵੇ ਗੌਰਮੈਂਟ। ਸੋ ਕਲੈਰਿਟੀ ਨਾਲ ਡਿਫਾਈਨ ਨਹੀਂ ਹੋ ਰਿਹਾ, ਇਹ ਸਾਰਾ ਇੰਡੀਆ ਦਾ ਹੀ ਨਹੀਂ ਚੱਕਰ, ਤੁਸੀਂ ਪੂਰੇ ਵਰਲਡ ਵਾਈਡ ਹੀ ਦੇਖੋ। ਜੀ ਜੀ ਜੀ, ਜਿਹੜਾ ਵਰਲਡ ਵਾਈਡ ਵਾਰ ਔਨ ਟੈਰਰਿਜ਼ਮ ਚੱਲ ਰਹੀ ਆ ਉਹਦੇ 'ਚ ਟੈਰਰਿਜ਼ਮ ਦੀ ਡੈਫੀਨੇਸ਼ਨ ਕੋਈ ਨਹੀਂ ਆ ਰਹੀ, ਟੈਰਰਿਜ਼ਮ ਡਿਫਾਈਨ ਨਹੀਂ ਕਰ ਰਹੀਆਂ ਸਰਕਾਰਾਂ, ਡਿਫਾਈਨ ਨਹੀਂ ਕਰ ਰਹੀਆਂ ਹੂ ਇਜ਼ ਦੀ ਟੈਰਰਿਸਟ। ਮਤਲਬ ਸਰਕਾਰਾਂ ਡਿਸਾਈਡ ਕਰਦੀਆਂ ਨੇ ਜਿਹੜੀ ਚੀਜ਼ ਉਹਨਾਂ ਦੇ ਹੱਕ 'ਚ ਨਹੀਂ ਹੈ ਜਾਂਦੀ ਆ ਉਹ ਠੀਕ ਆ, ਉਹ ਭਾਵੇਂ ਉਹਨਾਂ ਦੇ ਅੱਤਵਾਦੀ ਹੋਣ ਠੀਕ ਆ। ਅਲ ਕਾਇਦਾ ਅਮਰੀਕਾ ਦੀ ਰਾਈਟ ਹੈਂਡ ਮੈਨ ਬਣੀ ਹੋਈ ਆ, ਕਿਉਂਕਿ ਦੇ ਵਾਂਟ ਟੂ ਡਿਫੀਟ ਦੀ ISIS। ਜੀ ਜੀ ਜੀ, ਇਸੇ ਤਰ੍ਹਾਂ ਜਿਹੜਾ ਬੰਬੇ ਵਾਲਾ 2000 ਵਾਲਾ ਕਾਂਡ ਹੋਇਆ ਉਹ ਸਾਰਾ CIA ਦਾ ਪ੍ਰੋਜੈਕਟ ਸੀ, ਕਿਉਂਕਿ CIA ਨੇ ਬਿਨ ਲਾਦੇਨ ਨੂੰ ਲੱਭਣਾ ਸੀ, ਬਿਨ ਲਾਦੇਨ ਨੂੰ ਲੱਭਣ ਲਈ ਜੈਸ਼ੇ ਮੁਹੰਮਦ ਵਿੱਚ ਉਹਨਾਂ ਨੂੰ ਆਪਣੇ ਬੰਦੇ ਫਿੱਟ ਕਰਨੇ ਸੀਗੇ। ਜਿਹੜਾ ਡੇਵਿਡ ਹੈਡਲੇ ਸੀ ਉਹ ਪਾਕਿਸਤਾਨ ਦੇ ਇੱਕ ਡਿਪਲੋਮੈਟ ਦਾ ਗੋਰੀ ਨਾਲ ਵਿਆਹ ਹੋਇਆ ਸੀਗਾ, ਉਹਦਾ ਬੇਟਾ ਸੀ, ਉਹ ਪਾਕਿਸਤਾਨ ਆਉਂਦਾ ਜਾਂਦਾ ਸੀ ਡੇਵਿਡ ਹੈਡਲੇ, ਤੇ ਉਹ ਇੱਕ ਤਰ੍ਹਾਂ ਨਾਲ ਸਕੂਲ ਡ੍ਰੌਪ ਆਊਟ ਸੀ, ਉਹ ਫਿਰ ਨਸ਼ਿਆਂ ਦਾ ਕਾਰੋਬਾਰ ਕਰਨ ਲੱਗ ਗਿਆ। ਉਹ ਇੱਕ ਵਾਰੀ ਜਰਮਨੀ 'ਚ ਫੜਿਆ ਗਿਆ, ਜਰਮਨੀ 'ਚ ਉਹਨੇ ਗੱਲ ਕਰ ਲਈ ਉਹਨਾਂ ਦੀ ਇੰਟੈਲੀਜੈਂਸ ਨਾਲ ਵੀ ਮੈਂ ਤੁਹਾਨੂੰ ਟੈਰਰਿਜ਼ਮ ਦੇ ਮਾਮਲੇ 'ਚ ਕੰਮ ਦੇ ਦੂੰਗਾ, ਮੇਰਾ ਪਾਕਿਸਤਾਨ ਨਾਲ ਐਕਸੈਸ ਹੈਗਾ। ਉਹ ਜਰਮਨੀ ਵਾਲਿਆਂ ਨੇ ਅਮਰੀਕਨ ਇੰਟੈਲੀਜੈਂਸ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਵੱਡਾ ਬੰਦਾ ਫਸ ਗਿਆ, ਚਲੋ ਆਪਾਂ ਕੰਮ ਲੈ ਲੈਂਦੇ ਹਾਂ। ਫਿਰ CIA ਨੇ ਉਹਨੂੰ ਜੈਸ਼ੇ ਮੁਹੰਮਦ ਵਿੱਚ ਫਿੱਟ ਕੀਤਾ ਸੀ ਵੀ ਬਿਨ ਲਾਦਨ ਲੱਭਣਾ ਆਪਾਂ ਨੇ, ਬਿਨ ਲਾਦਨ ਦਾ ਨਹੀਂ ਸੀ ਪਤਾ ਲੱਗ ਰਿਹਾ। ਜੈਸ਼ੇ ਮੁਹੰਮਦ ਦੀ ਲੀਡਰਸ਼ਿਪ ਤੱਕ ਪਹੁੰਚਣ ਲਈ ਉਹਨੂੰ ਕੋਈ ਵੱਡੀ ਕਾਰਵਾਈ ਕਰਕੇ ਦਿਖਾਉਣੀ ਪੈਣੀ ਸੀ ਤਾਂ ਕਿ ਜੈਸ਼ੇ ਮੁਹੰਮਦ ਦੀ ਲੀਡਰਸ਼ਿਪ ਦਾ ਦਿਲ ਜਿੱਤਿਆ ਜਾ ਸਕੇ ਵੀ ਮੈਂ ਤੁਹਾਡੇ ਨਾਲ ਹੀ ਹੈਗਾ।
ਤੇ ਫਿਰ ਉਹ ਕਾਰਵਾਈ ਸੀ ਭਾਰਤ ਦੇ ਖਿਲਾਫ ਕੀਤੀ ਜਾਣੀ, ਕਿਉਂਕਿ ਜੈਸ਼ ਏ ਮੁਹੰਮਦ ਅਲਟੀਮੇਟਲੀ ਐਂਟੀ ਇੰਡੀਆ ਹੈ ਕਿ ਜੇ ਭਾਰਤ ਵਿੱਚ ਕੋਈ ਵੱਡਾ ਐਕਸ਼ਨ ਹੁੰਦਾ ਤਾਂ ਉਹਨੇ ਟੌਪ ਲੈਵਲ ਤੇ ਜਾਣਾ ਸੀ ਜੈਸ਼ ਏ ਮੁਹੰਮਦ ਦੀ ਲੀਡਰਸ਼ਿਪ ਦੇ, ਫਿਰ ਉੱਥੋਂ ਉਹਨੇ ਬਿਨ ਲਾਦਿਨ ਦੇ ਕਨੈਕਸ਼ਨ ਲੱਭਣੇ ਸੀ, ਪ੍ਰੋਜੈਕਟ ਸੀਗਾ ਸਾਰਾ ਸੀ ਆਈ ਏ ਦਾ। ਹੁਣ ਤੁਸੀਂ ਦੇਖੋ ਵੀ ਹੋ ਕੀ ਰਿਹਾ, ਕੌਣ ਅੱਤਵਾਦੀ ਹੈ ਹੁਣ ਦੱਸੋ, ਮਤਲਬ ਇਸ ਦੇ ਵਿੱਚ ਜੈਸ਼ ਏ ਮੁਹੰਮਦ ਅੱਤਵਾਦੀ ਜਾਂ ਅਮਰੀਕਾ ਅੱਤਵਾਦੀ ਹੈ ਜਾਂ ਜਾਂ ਜਿਹੜਾ ਭਾਰਤ ਤੇ ਸਾਰਾ ਕੁਝ ਹੋਣ ਦੇ ਰਿਹਾ ਉਹ ਅੱਤਵਾਦੀ ਹੈ? ਜੀ ਜੀ ਜੀ, ਡਿਫਾਈਨ ਨਹੀਂ ਨਾ ਕੁਛ ਵੀ ਹੋ ਰਿਹਾ। ਜਿਹੜੀ ਅਲਕਾਇਦਾ ਦੇ ਖਿਲਾਫ ਇਹਦੀ ਜੰਗ ਲੜੇਗੀ 11 ਸਾਲ, ਹੁਣ ਉਹ ਰਾਈਟ ਹੈਂਡ ਮੈਨ ਅਮਰੀਕਾ ਦੀ, ਸੋ ਇਸ ਕਰਕੇ ਟੈਰਰਿਜ਼ਮ ਨੂੰ ਉਹ ਡਿਫਾਈਨ ਨਹੀਂ ਕਰ ਰਹੇ। ਔਰ ਉਹੀ ਸੇਮ ਪ੍ਰੋਬਲਮ ਜਿਹੜੀ ਭਾਰਤ ਦੇ ਵੱਲ ਵੀ ਇਹ ਆ ਰਹੀ ਹੈਗੀ, ਇਹ ਆ ਰਹੀ ਹੈ ਵੀ ਪ੍ਰਾਗਿਆ ਠਾਕੁਰ ਸਿੰਘ ਨੈਸ਼ਨਲਿਸਟ ਆ ਤੇ ਬਾਕੀ ਹੋਰ ਕੌਮਾਂ ਦੇ ਲੋਕ ਆ ਜਿਹੜੇ ਉਹ ਟੈਰਰਿਸਟ ਨੇ।